ਇਹ ਕੀ ਸ਼ਾਇਆ ਜੀ ਵੈਰੀਕੋਸ ਵੇਨਸ ਤੇ ਇਹ ਆਮ ਮਿੰਦੀ ਪਰਚਲਤ ਕਿਉਂ ਹੋ ਰਹੀ ਹੈ ਜੀ ਬਹੁਤ ਸਟੇਕ ਰਹਿੰਦੀ ਬੰਦੇ ਨੂੰ ਸਾਰਾ ਦਿਨ ਬੰਦੇ ਨੂੰ ਸਕੂਨ ਨਹੀਂ ਆਦਾ ਸਭ ਤੋਂ ਸਮੱਸਿਆ ਇਹ ਵੱਡੀ ਕਿਉਂ ਇਲਾਜ ਔਖਾ ਹੈ ਦਾ ਇਹਦਾ ਇਲਾਜ ਹੈ ਹੀ ਨਹੀਂ 80% ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਹਨੂੰ ਵੈਰੀਕੋਸ ਵੇਨਸ ਕਹਿੰਦੇ ਨੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਉਹ ਤੁਸੀਂ ਪਲੀਜ਼ ਨਾ ਕਰਾਓ ਉਹਦੇ ਨਾਲੋਂ ਬਿਹਤਰ ਹੈ ਤਕਲੀਫ ਬਰਦਾਸ਼ਤ ਕਰਦੇ ਰਹੋ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰਾਈਮੇਰੀ ਸ਼ਾ ਟੀਵੀ ਦੇ ਉੱਤੇ ਮੈਂ ਜੋਗਰਾਜ ਸਿੰਘ ਕਾਲੂ ਅੱਜ ਪ੍ਰਾਈਮ ਹੈਲਥ ਪ੍ਰੋਗਰਾਮ 'ਚ ਕੋਰੀ ਫਿਰ ਤੋਂ ਡਾਕਟਰ ਮਰਤਜ਼ਾ ਨੂੰ ਨਾਲ ਲੈ ਕੇ ਆਪਾਂ ਜੁੜ ਚੁੱਕੇ ਹਾਂ ਡਾਕਟਰ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਹਾਂ ਤੇ ਨਾਲ ਅੱਜ ਦਾ ਜਿਹੜਾ ਇਸ਼ੂ ਹੈ ਉਹਦੇ ਉੱਤੇ ਗੱਲਬਾਤ ਅਗੇ ਤੋਰਾਂਗੇ ਪਹਿਲਾਂ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਆਖਦੇ ਹਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਕੀ ਹਾਲ ਨੇ ਰੌਜ਼ੋਂ ਬੜੀ ਐ ਐਕਸਲੈਂਟ ਵੰਡਰਫੁਲ ਥੱਕੇ ਥੱਕੇ ਹੋਗਾ ਜੀ ਕੀ ਗੱਲ ਹੈ ਅਪਾਇ ਜਾਨਾ ਜੋ ਰੋਇੰਦਾ ਟੈਲੀਫੋਨ ਅਪਾਇੰਟਮੈਂਟਸ ਤੇ ਥੱਕਦਾ ਬੰਦ ਮੇਰੇ ਗਰ ਅਖਸ਼ੜੂ ਇੱਕ ਗਾਂ ਫੋਨ ਫੋਨ ਲੈਣ ਨੂੰ ਗੱਪ ਭਤੌਣ ਨੂੰ ਭਤੌਣ ਨੂੰ ਤੁਸੀਂ ਦਵਾਈ ਦੱਸ ਲੋਗ ਦੱਸਨਾਗੇ ਹੌਲੀ ਹੌਲੀ ਵੇਖ ਲੋ ਫਿਰ ਡਾਕਟਰ ਸਾਹਿਬ ਜੇ ਦੱਸ ਲੋਗੇ ਮੈਂ ਤਾਂ ਬੰਦ ਲੱਭ ਰਿਹਾ ਮੈਂ ਜਿਹੜਾ ਮੇਰੀ ਜਗ੍ਹਾ ਤੇ ਇੱਕ ਮੈਂ ਕਲੀਨਿਕ ਤੇ ਪਿਆ ਕਰ ਮਹੂਰ ਦੱਸੋ ਅੰਨਾ ਕੀ ਭਾਲੇ ਦੋ ਅੱਖੀਆਂ ਕਿੰਨੀ ਮਹਿੰਗਾਈ ਹੋਈ ਪਈ ਐ ਇੱਕ ਨੌਕਰੀ ਨਾ ਕਿੱਥੇ ਸਰਦਾ ਕੈਨੇਡਾ ਜੇ ਮੇਰੇ ਕੋ ਕਿਹੜਾ ਕੋਈ ਇਨਕਮ ਆਤੈ ਹਾਂ ਉੱਥੇ ਤਾਂ ਬਸ ਪਲਾਈ ਪਲੈ ਸਿਵਾ ਹੀ ਪਲਾਈ ਪਲੈ ਥੋੜੀ ਬਹੁਤ ਇਨਕਮ ਐ ਮੈਨੂੰ ਕੋਈ ਤੇਰਾ ਘਸਾਰ ਮੈਂ ਕਿਹਾ ਨਾ ਹੌਸਲਾ ਦੇ ਦੇ ਹੌਸਲਾ ਹੀ ਸਹੀ ਹੌਸਲਾ ਦੇ ਦੇਾਂਗੇ ਹੌਸਲਾ ਦੇ ਦੋਗੇ ਕੋਈ ਨਹੀਂ ਜਿੱਥੇ ਤੁਸੀਂ ਸੇਵਾ ਕਰਨੇ ਉਥੇ ਹੀ ਵੀ ਨਾਲ ਸੇਵਾ ਕਰ ਲੈ ਮੈਂ ਤੇ ਨਾ ਆਇਆ ਸੀ ਰਿਟਾਇਰਮੈਂਟ ਲਈ ਆਇਆ ਥੇ ਮੈਂ ਹੁਣ ਕਲੀਨਿਕ ਚ ਬੈਠਾ ਸ਼ੁਰੂ ਕਰਤਾ ਪਹਿਲਾ 1 ਘੰਟਾ ਬੈਠਾ ਸ਼ੁਰੂ ਕੀਤਾ ਉਹਨੇ ਖੋਲੀ 2 ਘੰਟੇ ਦੇ ਘਰ ਚਲੇ ਗਈ ਹੌਲੀ ਹੌਲੀ 7 ਦਿਨ ਹੋ ਗਏ ਹੌਲੀ ਹੌਲੀ ਹੁਣ ਤੇ ਨੀਂਦ ਵੀ ਕਲੀਨਿਕ ਹੀ ਚੱਲ ਰਿਹਾ ਹੁੰਦਾ ਥਕਾਵਟ ਤਾਂ ਜ਼ਿਆਦਾ ਹੋ ਜਾਂਦੀ ਨਾ ਉਹ ਜਿਹੜੇ ਟੈਲੀਫੋਨ ਅਪਾਇੰਟਮੈਂਟਸ ਹਨ ਆ ਪੈਕ ਦਿਨ ਅੱਗੇ ਵੀ ਗੱਲ ਕਰ ਰਹੇ ਸੀ ਉਹਦੇ ਨਾਲ ਦਿਮਾਗ ਥੱਕਦਾ ਬੰਦੇ ਦਾ ਹੂੰ ਉਹ ਤੁਹਾਡਾ ਦਿਮਾਗ 4-5 ਜਗ੍ਹਾ ਤੇ ਕੰਮ ਕਰ ਰਿਹਾ ਹੁੰਦਾ ਮਲਟੀਟਾਸਕਿੰਗ ਹੋ ਰਹੀ ਹੁੰਦੀ ਹੂੰ ਤੁਸੀਂ ਉਸ ਬੰਦੇ ਨੂੰ ਅੱਖਾਂ 'ਚ ਵੇਖ ਰਹੇ ਹੁੰਦੇ ਹੋ ਕਿ ਕੌਣ ਹੈ ਬੰਦਾ ਜਿਹੜਾ ਬਹੁਤ ਇੱਕ ਕੀ ਬੋਲ ਰਿਹਾ ਹੈ ਇਹਦੇ ਜਿਹੜਾ ਉਹਨੇ ਇੱਕ ਗੱਲ ਕੀਤੀ ਤੁਸੀਂ ਉਹ ਜ਼ਹਿਨ ਬਣਾ ਲਿਆ ਕਿ ਇਹ ਵਾ ਉਹਨੂੰ ਡਿਸੀਜ਼ ਉਹਨੇ ਦੂਜੀ ਗੱਲ ਕੀਤੀ ਤੁਸੀਂ ਕਿਹਾ ਇਹ ਵਾ ਤੀਜੀ ਕੀਤੀ ਹੈ ਉਹ ਦਿਮਾਗ ਉਹਨੂੰ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰ ਰਿਹਾ ਹੈ ਅੱਛਾ ਜਤੂਨ ਦਾ ਤੇਲ ਮਕਾਤਨਾ ਵੀ ਸਟੋਰਾਂ ਤੋਂ ਕਦੋਂ ਅਸਲੀ ਮਿਲਦੀ ਪਹਿਲਾਂ ਤਾਂ ਤੰਗੀ ਸੀਗੀ ਤੇ ਫਿਰ ਅਜੇ ਵੀ ਉਹ ਸਮੱਸਿਆ ਹੱਲ ਨਹੀਂ ਹੋ ਰਹੀ ਗਈਆਂ ਦੀ ਤੇ ਉਹ ਜਿਹੜਾ ਜ਼ਤੂਨ ਦਾ ਤੇਲ ਆ ਨਾ ਉਹ ਜਦੋਂ ਜਿਹੜਾ ਦਾ ਮੈਂ ਇੱਥੇ ਨਾ ਲਾਂਗਾ ਉਹ ਸਟੋਰਾਂ ਤੇ ਸੋਲਡ ਆਊਟ ਹੋ ਜਾਂਦਾ ਉਹ ਮੈਂ ਵੀ ਇੱਕ ਦਿਨ ਮੇਰਾ ਮੁੱਕ ਗਿਆ ਜ਼ਤੂਨ ਦਾ ਤੇਲ ਤੇ ਮੈਂ ਉਹ ਇੰਟਰਨੈਟ ਤੋਂ ਆਰਡਰ ਕਰਨ ਲੱਗਾ ਤੇ ਤੇਲੇ ਲਿਖਿਆ ਸਾਰੇ ਸੋਲਡ ਆਊਟ ਲਿਖਿਆ ਯਾਰ ਐ ਕਿ ਹੋ ਗਿਆ ਨਹੀਂ ਜੋ ਸਭ ਤੇ ਸੋਲਡ ਆਊਟ ਹੀ ਲਿਖਿਆ ਹੁੰਦਾ ਉਹ ਸਾਰੇ ਵਿਕ ਕੇ ਉਹ ਇੰਨਾ ਫੈਲਿਆ ਉਹ ਪ੍ਰੋਗਰਾਮ ਕਿ ਉਹ ਦੁਨੀਆ ਨੇ ਸਾਰੀ ਨੇ ਖਰੀਦ ਲਿਆ ਇੱਕ ਹੋਰ ਵੀ ਹੋ ਜਾ ਤੁਸੀਂ ਪੈਸੇ ਥੋੜੇ ਟਿੱਲੇ ਕਰੋ ਤੇ ਹਾਂਜੀ ਉਹ ਬਹੁਤ ਮਹਿੰਗਾ ਹੈ ਬਾਰਾ ਉਸ ਤੋਂ ਵੀ ਚੰਗਾ ਉੱਪਰ ਸ਼ਾਇਦ ਥੋੜੀ ਜੀ ਉਹ ਫਿਰ ਹੋਰ ਪਿਓਰ ਹੋਊਗਾ ਜੀ ਉਹ ਤੇ ਸ਼ਾਇਦ ਬਹੁਤ ਥੋੜੀ ਰਹਿ ਜਾਂਦੀ ਹੈ ਉਹ ਬੇਬੀ 올ਿਵਸ ਤੋਂ ਬਣਾਇਆ ਗਿਆ ਓਏ ਹੋਏ ਛੋਟੇ ਛਟੇ 올ਿਵਸ ਨੇ ਹੁੰਦੇ ਜਿਹੜੇ ਹਾਂ ਉਹ ਲੈ ਕੇ ਉਹਨਾਂ ਤੋਂ ਉਹ ਖਾਸ ਇੱਕ ਮਾਊਂਟੇਨਸ ਨੇ ਉੱਥੇ ਉਹ ਪੈਦਾ ਹੁੰਦੇ ਨੇ ਅੱਛਾ ਉਹਦਾ ਨਾਂ ਹੀ 올ਿਵ ਆਇਲ ਦਾ ਅਕੈਡੀਅਨ ਮਾਊਂਟੇਨਸ 올ਿਵ ਆਇਲ ਲਿਖੋ ਤੁਸੀਂ ਉਹਦਾ A C E I I A N ਅਕੈਡੀਅਨ ਮਾਊਂਟੇਨਸ 올ਿਵ ਆਇਲ ਉਹ ਇੰਨੀ ਸ਼ੀਸ਼ੇ ਅੱਧਾ ਲੀਟਰ ਦੇ ਪਤਾ ਕਿੰਨੇ ਦੀ ਹੈ 115 ਦੀ ਮਹਿੰਗੀ ਹੋਗੀ ਦੇ ਉਹ ਇਸ ਤੋਂ ਜੋਸਫ ਤੋਂ ਡਬਲ ਹਾਂ ਉਹਦਾ ਰਿਜ਼ਲਟ ਵੀ ਡਬਲ ਪਰ ਉਹ ਕੁਆਂਟੀਟੀ ਵੀ ਘਟਾ ਡਬਲ ਕਿੰਨੀ ਕਾ ਬਸ ਚਾਰ ਗੁਣਾ ਹੋ ਗਈ ਜੋਸਫ ਤੇ 1 ਲੀਟਰ ਮਿਲਦਾ ਸੀ ਉਹਨੇ ਦਾ ਨਹੀਂ ਜੋਸਫ ਪੌਣਾ ਲੀਟਰ ਹੈ ਨੇ अच्छा 1 लीटर जे तौर ਨੂੰ ਇਹਦੇ ਤੇ ਇਹ ਵੀ ਨਾਲ ਲੱਭਣਾ ਸ਼ੁਰੂ ਹੋਇਆ ਤਾਂ ਫਿਰ ਇਸ ਤੋਂ ਬਾਅਦ ਵੀ ਹੈਗਾ ਇੱਕ ਪਰ ਮਹਿੰਗਾ ਖਰੀਦ ਜਾਓਗੇ ਫਾਇਦਾ ਕੀ ਆ ਮੈਂ ਨਹੀਂ ਕਰ ਰਿਹਾ ਦੇਖੋ ਮਹਿੰਗਾ ਰੋਏ ਇੱਕ ਵਾਰ ਹਾਂ ਤੇ ਸਸਤਾ ਰੋਏ ਬਾਰ ਪਰ ਸਾਡੇ ਵਰਗੇ ਮਾੜੇ ਬੰਦੇ ਨੇ ਤੇ ਉਹ ਵੇਖਣਾ ਨਾ ਵੀ ਮੇਰੇ ਰੁਪਏ ਕਿੰਨੇ ਲੱਗਣ ਦੇ ਇੱਕ ਵਾਰੀ ਜਿਹੜਾ ਘਟਰ ਪਿਆਲਾ ਨਾ ਉਹ ਤੁਸੀਂ ਪੂਰੀ ਬੋਤਲ ਪੀ ਜੋ ਤੇ ਤੁਹਾਡਾ ਕੋਲੇਸਟ੍ਰੋਲ ਨਾ ਘਟੇ ਤੇ ਫਿਰ ਫਾਇਦਾ ਉਸ ਪੂਰੀ ਬੋਤਲ ਪੀ ਤੁਸੀਂ ਡਾਕਟਰ ਸਾਹਿਬ ਇੱਕੋ ਦਮ ਘਟਾ ਕੇ ਕੀ ਕਰਨਾ ਹੌਲੀ ਹੌਲੀ ਘਟਾਉਣਗੇ ਉਹਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਇਹ ਦੱਸਦਾ ਕਿ 올ਿਵ ਆਇਲ 10 20 ਚ ਅਫੋਰਡ ਨਹੀਂ ਹੁੰਦਾ ਅਸਲੀ 올ਿਵ ਆਇਲ ਉਹਦੇ ਵਿੱਚ 50 70 80% ਜਿਹੜਾ ਨਾ ਉਹ ਵੈਜੀਟੇਬਲ ਆਇਲ ਪਾਇਆ ਹੁੰਦਾ ਕੋਈ ਹੋਰ ਆਇਲ ਪਾਇਆ ਹੁੰਦਾ ਉਹ ਇੰਨਾ ਕੋਲਿਵ ਆਇਲ ਹੁੰਦਾ ਤੇ ਬਾਕੀ ਜਿਹੜੇ 2 3 ਲੀਟਰ ਹੁੰਦੇ ਉਹ ਕੁਝ ਹੋਰ ਹੀ ਹੁੰਦਾ ਉਹਨੇ ਦਿੱਤੇ ਉਹ ਬੋਤਲ ਦੀ ਮੰਗਦੇ ਜਿੰਨੀ ਉਹ ਖੂਬਸੂਰਤ ਬੋਤਲ ਹੁੰਦੀ ਹੈ 10 15 ਡਾਲਰ ਦਿੱਤੇ ਉਹ ਬੋਤਲ ਹੀ ਬੰਦੀ ਹੁੰਦੀ ਹੈ ਤੇ ਇਹ 18 20 ਡਾਲਰ ਤੁਹਾਨੂੰ ਲੀਟਰ ਦੇ ਦਿੰਦੇ 2 ਲੀਟਰ ਦੇ ਦਿੰਦੇ ਨੇ ਕਿਵੇਂ ਹੋ ਸਕਦਾ ਕਿ ਇੰਨਾ ਸਸਤਾ ਹੋ ਜਾਏ 올ਿਵ ਆਇਲ ਉਹ ਫਿਰ ਜਿਹੜੀ ਐਕਸਪੈਂਸਸ ਉਹਨਾਂ ਦੇ ਉਹਦੇ ਤੇ ਆਂਦੇ 올ਿਵ ਆਇਲ ਤੇ ਉਹ ਤੁਹਾਡੇ ਕੋਈ ਚਾਰਜ ਕਰਨੇ ਨਾ ਉਹਨਾਂ ਨੇ ਡਾਕਟਰ ਸਾਹਿਬ ਉਹ ਪਤਾ ਬੋਤਲ ਚ ਕੀ ਦਿੰਦੇ ਆ ਜੋ ਤੁਸੀਂ ਮੈਨੂੰ ਕਲੀਨਿਕ ਤੇ ਬਿਠਾ ਕੇ ਦੇਣਾ ਸੀ ਹੌਸਲਾ ਇਹ ਤਾਂ ਯਾਨਾ ਤੁਸੀਂ ਵੀ ਕੱਲਾ ਹੌਸਲਾ ਦੇਣਾ ਉਹ ਵੀ ਇੰਨੇ ਕੇ ਰੁਪਈਆ ਵਾਲੀ ਬੋਤਲ 'ਚ ਹੌਸਲਾ ਹੀ ਕੱਲਾ ਦਿੰਦੇ ਆ ਵੀ ਬੰਦੇ ਨੂੰ ਹੋ ਜੇ ਵੀ ਤਰਵਾਸ ਜਿਹਾ ਹੋ ਜੇ ਮੈਂ ਪੀਤਾ ਆਪਣੇ ਪੇਸ਼ੈਂਟਸ ਨੂੰ ਹੌਸਲਾ ਨਹੀਂ ਕੱਲਾ ਦਿੰਦਾ ਉਹਨਾਂ ਨੂੰ ਤਾਂ ਡਰਨਾ ਉਹਨਾਂ ਨੂੰ ਦਵਾਈ ਦਿੰਦਾ ਡਾਕਟਰ ਦਾਰ ਕੇ ਦਵਾਈ ਪਰ ਟਾਈਮ ਤੇ ਖਾਣ ਖਾਣਗੇ ਤੇ ਅਗਲੀ ਵਾਰੀ ਹੱਸਦੇ ਆ ਬਿਲਕੁਲ ਖੁਸ਼ ਹੋ ਕੇ ਅੱਛਾ ਡਾਕਟਰ ਸਾਹਿਬ ਅੱਜ ਜਿਹੜੀ ਇਸ਼ੂ ਦੇ ਉੱਤੇ ਆਪਾਂ ਗੱਲਬਾਤ ਕਰਨੀਆਂ ਉਹ ਬਹੁਤ ਸਾਰੇ ਤੇ ਉਹਨਾਂ ਰਿਲੇਟ ਕਰ ਪਾਉਣਗੇ ਕਈ ਨਹੀਂ ਵੀ ਕਰ ਪਾਉਣਗੇ ਉਹ ਪਰਹੇਜ਼ ਪੱਖੋਂ ਇਹਨੂੰ ਦੇਖ ਸਕਦੇ ਆ ਨਾੜਾਂ ਫੁੱਲਣ ਦੀ ਸਮੱਸਿਆ ਬਹੁਤ ਆ ਰਹੀ ਆ ਲੱਤਾਂ ਤੋਂ ਜਾਂ ਹੋਰ ਕਈ ਥਾਵਾਂ ਦੇ ਉੱਤੋਂ ਨਾ ਉਹ ਕਹਿੰਦੇ ਕਿ ਕਾਫੀ ਗਿਲਟੀਆਂ ਵੀ ਬਣ ਜਾਂਦੀਆਂ ਨੇ ਉਹ ਵੈਰੀਕੋਸ ਵੇਇਨਸ ਕਹਿੰਦੇ ਕੀ ਕਹਿੰਦੇ ਆ ਵੈਰੀਕੋਸ ਵੇਇਨਸ ਵੈਰੀਕੋਸ ਵੇਇਨਸ ਹਾਂ ਹੁਣ ਇਹ ਕੀ ਸ਼ੈ ਆ ਜੀ ਵੈਰੀਕੋਸ ਵੇਇਨਸ ਤੇ ਇਹ ਆਮਿੰਦੀ ਪ੍ਰਚਲਿਤ ਕਿਉਂ ਹੋ ਰਹੀ ਆ ਜੀ ਵੇਰੀਕੋਸ ਵੇਇਨਸ ਅਸਲਚ ਬਲੱਡ ਪੂਲਿੰਗ ਹੁੰਦੀ ਹੈ ਤੁਹਾਡੀ ਜਿਹੜੀਆਂ ਇੱਕ ਬਲੱਡ ਤੁਹਾਡਾ ਇਧਰੋਂ ਆ ਰਿਹਾ ਹਾਰਟ ਵੱਲ ਹੂੰ ਤੇ ਇੱਕ ਵੇਨ ਚੋਂ ਉੱਪਰ ਨੂੰ ਵਾਪਸ ਜਾ ਰਿਹਾ ਹੂੰ ਉਹ ਜਿਹੜਾ ਵਾਪਸ ਜਾ ਰਿਹਾ ਨਾ ਉਹ ਵੇਇਨਸ ਸਵੈਲ ਕਰ ਜਾਂਦੀਆਂ ਉੱਥੇ ਵਾਲਵ ਲੱਗੇ ਹੋਏ ਨੇ ਵਾਪਸ ਜਾਂਦੇ ਉਹ ਵਾਲਵ ਟਾਈਮ ਤੇ ਖੁੱਲਦੇ ਟਾਈਮ ਤੇ ਬੰਦ ਹੁੰਦੇ ਰੱਬ ਦੀ ਸਾਇੰਸ ਦੇਖੋ ਯਾਰ ਤੁਸੀਂ ਇੱਕ ਇਨਸਾਨ ਚ ਕਿੰਨੀਆਂ ਕਿੰਨੀਆਂ ਸਾਇੰਸ ਪਾ ਦਿੱਤੀ ਹੈ ਜਦੋਂ ਬਲੱਡ ਵਾਪਸ ਜਾਣਾ ਨਾ ਉਹ ਵਾਲ ਨੇ ਖੁੱਲ ਕੇ ਬੰਦ ਹੋ ਕੇ ਦੱਸਣਾ ਕਿ ਇੰਨਾ ਹੁਣ ਵਾਪਸ ਜਾਣਾ ਇੰਨਾ ਉਥੋਂ ਇੱਧਰ ਆ ਗਿਆ ਇੰਨਾ ਇੱਧਰ ਜਾਵੇ ਇੰਨਾ ਇੱਧਰ ਆ ਗਿਆ ਉਹ ਸਰਕਲ ਕਾਇਮ ਰੱਖਣਾ ਉਹ ਜਦੋਂ ਵਾਲ ਕਿਤੇ ਡੈਮੇਜ ਹੋ ਜਾਂਦਾ ਆਪਣਾ ਉਹ ਵਾਲ ਡੈਮੇਜ ਹੁੰਦਾ ਤਾਂ ਉੱਥੇ ਬਲੱਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਵਾਲ ਉੱਤੇ ਬੰਦ ਹੋ ਗਿਆ ਬਲੱਡ ਉੱਪਰ ਵਾਪਸ ਜਾ ਨਹੀਂ ਰਿਹਾ ਉੱਥੇ ਬਲੱਡ ਪੁੱਲਿੰਗ ਹੋਣੀ ਸ਼ੁਰੂ ਹੋ ਜਾਂਦੀ ਉਹਨੂੰ ਕਹਿੰਦੇ ਨੇ ਵੈਰੀਕੋਸ ਵੇਇਨਸ ਇਹਨੂੰ ਕਈ ਵਾਰੀ ਸਪਾਈਡਰ ਵੇਨਸ ਵੀ ਕਮੀਆਂ ਸਪਾਈਡਰ ਵੇਨਸ ਤੇ ਆਪਣੀਆਂ ਕਿਤੇ ਹੋਰ ਵੀ ਹੋ ਸਕਦੀਆਂ ਲੇਕਿਨ ਇਹ ਇੰਜਨ ਸਪਾਈਡਰ ਤਰ੍ਹਾਂ ਵੇਨਸ ਬਣ ਜਾਂਦੀਆਂ ਉੱਥੇ ਬਲੱਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉਹ ਬਲੱਡ ਪੂਲਿੰਗ ਵੀ ਕਹਿੰਦੇ ਹਨ ਤੇ ਇਹ ਬੜੀ ਹੀ ਗੰਦੀ ਬਿਮਾਰੀ ਆ ਇਹ ਤੁਹਾਨੂੰ ਦਿਨ ਨੂੰ ਤੇ ਰਾਤ ਨੂੰ ਦੋਨੋਂ ਟਾਈਮ ਚੈਨ ਨਹੀਂ ਲੈਂਦਿੰਦੀ ਇੰਜਨ ਚ ਕਰਦੀ ਇੰਜਨ ਚ ਲੱਗਦਾ ਦੁੱਖਦੀ ਆ ਤੇ ਤਹਾਸ਼ਾ ਮੈਂ ਤੁਹਾਨੂੰ ਦੱਸਦਾ ਇਹਦੇ ਸਾਈਡ ਇਫੈਕਟਸ ਕੀ ਹੁੰਦੇ ਨੇ ਬਹੁਤ ਸ펕ਟੀ ਕਰਦੀ ਬੰਦੇ ਨੂੰ ਸਾਰਾ ਦਿਨ ਬੰਦੇ ਨੂੰ ਸਕੂਨ ਨਹੀਂ ਆਉਂਦਾ ਯੂਜੂਲੀ ਉਹਨਾਂ ਲੋਕਾਂ ਨੂੰ ਹੁੰਦੀਆਂ ਨੇ ਜਿਹੜੇ ਖੜੇ ਹੋ ਕੇ ਕੰਮ ਕਰਦੇ ਨੇ ਅੱਛਾ ਜਿਵੇਂ ਕਿਸੇ ਵੀ ਫੈਕਟਰੀਜ਼ ਦੇ ਵਿੱਚ ਸਟੋਰਸ ਦੇ ਵਿੱਚ ਲਾਈਨਾਂ ਤੇ ਕੰਮ ਕਰਦੇ ਵੇਅਰ ਹਾਊਸਾਂ ਦੇ ਵਿੱਚ ਜਿੱਥੇ ਜੇਲ੍ਹ 'ਚ ਬਹੁਤ ਸਾਰੇ ਲੋਕ ਮੇਰੇ ਕੋਲ ਪੇਸ਼ੈਂਟ ਹੈਗੇ ਨੇ ਜੇਲ੍ਹ ਦੇ ਜਿਹੜੇ ਉੱਥੇ ਆਫੀਸਰਸ ਨੇ ਉਹਨਾਂ ਨੂੰ ਖੜੇ ਹੋਣਾ ਪੈਂਦਾ ਅੱਛਾ ਉਹਨਾਂ ਨੂੰ ਕੀ ਕਹਿੰਦੇ ਨੇ ਬੀ ਰਿਕਰੈਕਸ਼ਨ ਕਰੈਕਸ਼ਨ ਰਿਕਰੈਕਸ਼ਨ ਆਫ ਦ ਬੀਸੀ ਪਰਤੇ ਜਿਹੜੇ ਹਾ ਆਫਿਸਰਸ ਨੇ ਉਹ ਆਂਦੇ ਨੇ ਮਰ ਕੋਲੇ ਕਿਉਂਕਿ ਬਹੁਤ ਸਾਰਾ ਟਾਈਮ ਖੜੇ ਹੋਣਾ ਪੈਂਦਾ ਉਹ ਹੁੰਦੇ ਵੀ ਤਗੜੇ ਤਗੜੇ ਉਹਨਾਂ ਦੇ ਉੱਤੇ ਜਰਾ ਮਾਸ ਜ਼ਿਆਦਾ ਹੁੰਦਾ ਭਾਰ ਜ਼ਿਆਦਾ ਹੁੰਦਾ ਤੇ ਉਹ ਸਿੱਧਾ ਹੀ ਲੱਤਾਂ ਤੇ ਜਾਉਂਦੇ ਸਭ ਇਹ ਮੇਨ ਕਾਰਨ ਹੈ ਇਹਦਾ ਹੋਣ ਦਾ ਮੋਸਟ ਆਫ ਦ ਟਾਈਮ ਇਹੀ ਮੇਨ ਰੀਜ਼ਨ ਹੈ ਰੀਜ਼ਨਸ ਇਥੇ ਕੌਜ਼ਸ ਇਥੇ ਹੋਰ ਵੀ ਨੇ ਮਿਸਾਲ ਦੇ ਤੌਰ ਤੇ ਇਥੇ ਕੌਜ਼ਸ ਚੋਂ ਇੱਕ ਐਸੀ ਕੌਜ਼ ਜਿਹੜੀ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਪੇਰੈਂਟਸ ਤੋਂ ਪੇਰੈਂਟਸ ਨੂੰ ਕਿਸੇ ਨੂੰ ਸੀ ਹੂੰ inheritence genetics ਤੁਹਾਡੇ ਆਗੀਆਂ ਸੀ ਕਿਸੇ ਨੂੰ ਉਹ ਤੁਹਾਡੇ ਆਗੀਆਂ ਜਾਂ ਤੁਸੀਂ ਜੌਬ ਐਸੀ ਕਰ ਲਈ ਜਿਹੜੀ ਕਿਸੇ ਨੇ ਨਹੀਂ ਸੀ ਕਰਨੀ ਤੇ ਤੁਸੀਂ ਕਰ ਲਈ ਤੁਹਾਨੂੰ 8 ਘੰਟੇ ਖੜਾ ਹੋਣਾ ਪੈਂਦਾ ਜਾਂ ਥੋੜਾ ਬਹੁਤ ਚੱਲਣਾ ਪੈਂਦਾ ਬਹੁਤਾ ਖੜਾ ਰਹਿੰਦੇ ਹੋ ਤੁਸੀਂ ਜਿਵੇਂ ਆਪਣੇ ਵਾਲਮਾਰਟ ਚ ਖੜੇ ਹੁੰਦੇ ਨੇ ਉਹ ਕਾਊਂਟਰ ਤੇ ਵਿਚਾਰੇ ਕਿੰਨੀ ਧੀਰ ਉਹਨਾਂ ਦੀ ਜੌਬ 8 ਘੰਟੇ ਦੀ ਜੌਬ ਤੇ 8 ਘੰਟੇ ਉਹਨਾਂ ਕੰਟੀਨਿਊਸ ਕਰਉਣਾ ਤੇ ਬੈਠਣ ਦਿੰਦੇ ਨਹੀਂ ਇਸ ਤਰ੍ਹਾਂ ਹੋਰ ਸਟੋਰਸ ਨੇ ਜਿੱਤੇ ਖੜੇ ਹੋਣ ਦੀ ਕੰਟੀਨਿਊਸ ਜੌਬ ਉਹ ਜਦੋਂ ਅਸੀਂ ਦਵਾਈ ਦਿੰਨੇ ਆ ਨਾ ਜੇ ਅਗਰ ਉਹ ਬੰਦਾ ਦਵਾਈ ਲਵੇ ਜਿਨੇ ਇਹ ਖੜਾ ਨਹੀਂ ਹੋਣਾ ਤੇ ਉਹਦੀ 1 ਮਹੀਨੇ ਚ ਹਟ ਜਾਂਦੀ ਆ ਓਕੇ ਤੇ ਜੇ ਉਹ ਬੰਦਾ ਦਵਾਈ ਲਵੇ ਜਿਨੇ ਖੜੇ ਹੋਣ ਦੀ ਜੌਬ ਲੈ ਕੇ ਕਰਨੀ ਉਹਨੂੰ 3-4 ਮਹੀਨੇ ਲੱਗ ਜਾਂਦੇ ਕਿਉਂਕਿ ਉਹ ਉਹੀ ਕੰਮ ਕਰੇ ਜਾ ਰਿਹਾ ਜਿਹੜੇ ਕੰਮ ਨਾਲ ਉਹ ਹੋਈਆਂ ਇਹਦਾ ਗੋਲ-ਗੋਲ ਵੇਨਸ ਬਣ ਜਾਂਦੀਆਂ ਨੇ ਇੰਜੰਜ ਗੁੱਛਾ ਜਿਹਾ ਟਾਈਪ ਵੇਨ ਦਾ ਬਣ ਜਾਂਦਾ ਲੱਤ ਤੇ ਤੁਸੀਂ ਆਪਣੀ ਲੱਤ ਨੂੰ ਅਗਰ ਉਹ ਜੋ ਕਿ ਦੇਖੋ ਨਾ ਪਿੰਡਲੀਆਂ ਜਿਹਨੂੰ ਇਹਨੂੰ ਪਿੰਨੀਆਂ ਕਹਿੰਨੇ ਆਪਾਂ ਇੱਥੇ ਮੋਟੀਆਂ-ਮੋਟੀਆਂ ਵੇਨਸ ਸੁੱਜ ਜਾਂਦੀਆਂ ਨੇ ਉਹ ਨੀਲੀਆਂ-ਨੀਲੀਆਂ ਲੱਗਦੀਆਂ ਨੇ ਔਰ ਉਹ ਥੋੜੇ ਹਰਸੇ ਬਾਅਦ ਕਾਲੀਆਂ-ਕਾਲੀਆਂ ਫੀਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਲੱਡ ਤੁਹਾਨੂੰ ਫੀਲ ਹੁੰਦਾ ਇਕੱਠਾ ਹੋਇਆ ਉਹ ਫਿਰ ਦੁਖਦਾ ਫਿਰ ਤੁਸੀਂ ਉਹਨੂੰ ਘੁੱਟਦੇ ਹੋ ਲੱਤਾ ਨੂੰ ਕਈ ਵਾਰ ਫਟ ਵੀ ਜਾਂਦੀਆਂ ਉਦੋਂ ਰੱਡ ਨਿਕਲਦਾ ਉਹ ਬਹੁਤ ਬੁਰਾ ਹਾਲ ਹੋ ਜਾਂਦਾ ਉਹ ਐਕਸਟ੍ਰੀਮ ਸਟੇਜ ਤੇ ਜਾ ਕੇ ਅੰਦਰੋਂ ਅੰਦਰ ਹੀ ਫਟ ਜਾਂਦੀਆਂ ਨੇ ਉਹ ਜਦੋਂ ਤੁਸੀਂ ਘੁੱਟਦੇ ਹੋ ਜਾਂ ਨਰਮ ਹੋ ਜਾਂਦੀ ਹੈ ਜਾਂ ਉੱਥੇ ਬਲੱਡ ਦੀ ਕੁਆਂਟੀਟੀ ਜ਼ਿਆਦਾ ਵੱਧ ਜਾਂਦੀ ਹੈ ਤੇ ਉਹ ਬਾਹਰ ਫਟ ਜਾਂਦੀ ਹੈ ਅੱਛਾ ਬਹੁਤ ਬੁਰੀ ਹਾਲਤ ਹੁੰਦੀ ਹੈ ਉਹ ਇਨਸਾਨ ਜਿਹੜਾ ਨਾ ਤੰਗ ਪੈ ਜਾਂਦਾ ਤੁਸੀਂ ਦੇਖੋ ਬਿਮਾਰੀ ਕੋਈ ਵੀ ਹੈ ਉਹ ਅੱਛੀ ਨਹੀਂ ਹੈ ਬਿਮਾਰੀ ਕੋਈ ਵੀ ਹੈ ਤੁਹਾਨੂੰ ਤਕਲੀਫ ਜੇ ਕੋਈ ਵੀ ਹੈ ਉਹ ਤੰਗ ਹੀ ਕਰਦੀ ਹੈ ਲੇਕਿਨ ਇਹ ਜੀਬੋ ਘਰੀਬ ਬਿਮਾਰੀ ਹੈ ਤੇ ਇਹ ਅਸਾਂ ਕੁਝ ਖਾਸ ਏਜ ਹੁੰਦੀ ਹੈ ਵੀ ਇੱਕ ਸਰਟਨ ਏਜ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਕਿ ਜਾਂ ਫਿਰ ਬਹੁਤਿਆਂ ਨੂੰ ਆ ਰਹੀ ਹੈ ਨਹੀਂ ਇਹ ਇਹ ਬਹੁਤ ਸਾਰੀਆਂ ਟਾਈਮਾਂ ਤੇ ਹੋ ਸਕਦੀ ਪ੍ਰੈਗਨੈਂਟ ਔਮਨ ਨੂੰ ਹੋ ਸਕਦੀ ਹੈ ਅੱਛਾ ਜਦੋਂ ਪ੍ਰੈਗਨੈਂਸੀ ਚ ਇਤੇ ਉਸ ਔਰਤ ਦਾ ਪਹਰ ਵਧਣਾ ਉੱਪਰ ਤੇ ਉਹਦਾ ਕੰਮ ਘਰਸ ਕਿਚਨ ਚ ਉਹਨੇ ਬਹੁਤ ਜ਼ਿਆਦਾ دیر ਖੜੇ ਰਹਿਣਾ ਜਾਂ ਕੋਈ ਐਸਾ ਉਹ ਲੱਤਾ ਉੱਪਰ ਨਹੀਂ ਕਰਕੇ ਪਲੇਟ ਸਕਦੀ ਉਹਨੂੰ ਟਾਈਮ ਦੇਣਾ ਪੈਂਦਾ ਕਿਚਨ ਚ ਇੱਧਰ ਉੱਧਰ ਜਦੋਂ ਚੁੱਕੇ ਪਹਰ ਉੱਤੇ ਵੀ ਵਧ ਗਿਆ ਦੋ ਜਾਨਾਂ ਹੋ ਗਈਆਂ ਨੇ ਤੇ ਪ੍ਰੈਗਨੈਂਟ ਔਮਨ ਨੂੰ ਅਕਸਰ ਹੋ ਜਾਂਦੀ ਹੈ ਉਹਨਾਂ ਨੂੰ ਵੀ ਹੋ ਸਕਦੀ ਹੈ ਇਹ ਜ਼ਿਆਦਾਤਰ ਯੂਚਲ ਜਿਹੜਾ ਇਹ ਚ ਹੁੰਦੀ ਹੈ 35-40 ਤੋਂ ਬਾਅਦ ਹੁੰਦੀ ਹੈ ਉਹ ਲੋਕ ਜਿਹੜੇ ਵੀਕ ਹੋ ਜਾਂਦੇ ਫਿਰ ਇੱਕ ਹੋਰ ਵੀ ਇਹਦੀ ਕਾਰਨ ਹੋ ਸਕਦੀ ਹੈ ਕਿ ਵਿਟਾਮਿਨ ਕੇ ਦੀ ਕਮੀ ਹੋ ਜਾ ਤੁਹਾਡੇ ਅੰਦਰ ਓਕੇ ਵਿਟਾਮਿਨ ਬੀ 6 ਦੀ ਕਮੀ ਹੋ ਜਾ ਵਿਟਾਮਿਨ ਬੀ 12 ਦੀ ਕਮੀ ਹੋ ਜਾ ਉਹਨਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਇਹ ਸਰਟਨ ਲੱਤ ਦੇ ਵਿੱਚ ਹੀ ਜ਼ਿਆਦਾ ਇਹਦਾ ਅਸਰ ਜਦੋਂ ਵੀ ਕਿਹੜੀ ਇੱਕ ਨਾੜ ਫੁੱਲਣ ਦੀ ਜ਼ਿਆਦਾ ਜਿਹੜੀ ਇੱਥੇ ਪਿਛਲੇ ਪੰਨੇ ਪਿੰਨੀਆਂ ਤੇ ਹੁੰਦੀਆਂ ਸਾਡੀ ਹਾਂ ਇਹ 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 ਤੋਂ ਇਹ ਵੇਨਸ ਉੱਪਰ ਜਾਂਦੀਆਂ ਨਾ ਬਲੱਡ ਲੈ ਕੇ ਬਲੱਡ ਸਰਕੂਲੇਟ ਕਰਦਾ ਪੂਰੀ ਬਾਡੀ ਚ ਤੇ ਇਥੋਂ ਇੱਕ ਵੇਨ ਉੱਪਰ ਨੂੰ ਜਾਂਦੀ ਹੈ ਉਧਰੋਂ ਥੱਲੇ ਨੂੰ ਆਉਂਦੀਆਂ ਥੱਲੇੋਂ ਉੱਪਰ ਨੂੰ ਜਾਂਦੀਆਂ ਵੇਨਸ ਡਿਫਰੈਂਟ ਟਾਈਪਸ ਦੀਆਂ ਵੇਨਸ ਨੇ ਜਿਹੜੀਆਂ ਬਲੱਡ ਵਲ ਹਾਰਟ ਵਲ ਬਲੱਡ ਲੈ ਕੇ ਜਾਂਦੀਆਂ ਉਹ ਵੇਨਸ ਦੇ ਵਾਲ ਡੈਮੇਜ ਹੋ ਜਾਂਦੇ ਉਹਨੂੰ ਖੋਲਣ ਬੰਦ ਕਰਨ ਵਾਲੇ ਜਿਹੜੇ ਹੁੰਦੇ ਨੇ ਵਾਲਵ ਲੱਗ ਗਿਆ ਯਾਰ ਰੱਬ ਵੱਲੋਂ ਉਹ ਡੈਮੇਜ ਹੋ ਗਿਆ ਜਦੋਂ ਉਹ ਡੈਮੇਜ ਹੋ ਗਿਆ ਤੇ ਬਲੱਡ ਪਿੱਛੇ ਹੀ ਰਹਿੰਦਾ ਫਿਰ ਅੱਗੇ ਨੂੰ ਜਾ ਨਹੀਂ ਪਾਂਦਾ ਪੂਰੀ ਤਰ੍ਹਾਂ ਨਹੀਂ ਜਾਂਦਾ ਜਾਂ ਅੱਧਾ-ਜਾਦਾ ਹੈ ਅੱਧਾ ਨਹੀਂ ਜਾਂਦਾ ਜਾਂ ਬਿਲਕੁਲ ਨਹੀਂ ਜਾਂਦਾ ਜਿਹਦਾ ਬਿਲਕੁਲ ਨਹੀਂ ਜਾਏਗਾ ਉਹ ਤਾਂ ਫਿਰ ਬਹੁਤ ਜਲਦੀ ਉੱਪਰ ਚ ਜਾਣਗੀ ਨਾ ਇੰਨੀ ਵੀ ਔਰ ਇਹਦਾ ਤੁਸੀਂ ਦੇਖੋ ਕਿ ਇਹਦਾ ਜਿਹੜਾ ਟ੍ਰੀਟਮੈਂਟ ਹੈ ਜਿਹੜਾ ਇੱਥੇ ਕਨਵੈਨਸ਼ਨਲ ਟ੍ਰੀਟਮੈਂਟ ਉਹ ਬਹੁਤ ਹੀ ਖਤਰਨਾਕ ਹੈ ਤੇ ਹਸਪੀਟਲਸ ਬਨੇ ਹੋਏ ਨੇ ਤੁਹਾਨੂੰ ਪਤਾ ਉਹ ਸਟੇਟਮੈਂਟ ਦੇ ਵੈਰੀਕੋਸ ਵੇਨਸ ਦੀ ਟਰੀਟਮੈਂਟ ਅਨਿਆ ਜ਼ਿਆਦਾ ਲੋਕਾਂ ਨੂੰ ਓਕੇ ਕਾਫੀ ਸਾਰੇ ਹਸਪੀਟਲ ਇੱਥੇ ਬਨੇ ਹੋਏ ਨੇ ਜਿਹੜੇ ਪਤਾ ਕੀ ਕਰਦੇ ਨੇ ਉਹ ਕੋਈ ਉਹ ਤਕਲੀਫ ਤੇ ਬਰਦਾਸ਼ਤ ਕਰ ਲੇਗਾ ਉਹਦੀ ਟਰੀਟਮੈਂਟ ਤੋਂ ਬਾਅਦ ਦੀ ਤਕਲੀਫ ਉਸ ਕੋ ਬਰਦਾਸ਼ਤ ਨਹੀਂ ਹੋਣੀ ਉਹ ਜਾਂ ਤਾਂ ਉਹਨੂੰ ਕਹਿੰਦੇ ਸਕਲੇਰੋਥੈਰਪੀ ਸਕਲੇਰੋਥੈਰਪੀ ਕੀ ਹੈ ਕਿ ਉਹ ਤੁਹਾਡੀ ਵੇਨਸ ਦੇ ਵਿੱਚ ਇੱਕ ਇੰਜੈਕਸ਼ਨ ਲਾਂਦੇ ਨੇ ਫੋਮ ਇੰਜੈਕਟ ਕਰ ਦਿੰਦੇ ਨੇ ਉਹ ਉਹਨੂੰ ਰੀਡਾਇਰੈਕਟ ਕਰ ਦਿੰਦਾ ਦੂਜੀ ਵੇਨਸ ਨਾਲ ਕਣੀ ਉੱਥੋਂ ਬੰਦ ਕਰ ਦਿੰਦੇ ਨੇ ਬਲੌਕ ਕਰ ਦਿੰਦੇ ਨੇ ਦੂਸਰੀ ਸਾਈਡ ਨੂੰ ਦੂਸਰੀਆਂ ਵੇਨਸ ਚ ਰੀਡਾਇਰੈਕਟ ਹੋ ਜਾਂਦਾ ਬਲੱਡ ਤੇ ਉਧਰੋਂ ਦੀ ਲੰਗਣਾ ਸ਼ੁਰੂ ਹੋ ਜਾਂਦਾ ਉਹ ਪੂਰੀ ਵੇਨ ਹੀ ਬਲੌਕ ਕਰ ਦਈਓ ਹੁਣ ਇੱਕ ਰਸਤਾ ਹੈ ਤੁਹਾਡੇ ਜਿਸਮ ਦੇ ਅੰਦਰ ਖੂਨ ਜਾਂਦਾ ਉਹ ਰਸਤਾ ਬੰਦ ਕਰਤਾ ਤੇ ਤੁਹਾਨੂੰ ਪਤਾ ਹੈ ਜਿਹੜੇ ਰਾਹ ਬੰਦ ਹੋ ਜਾਂਦੇ ਨੇ ਉਹਨਾਂ ਰਾਹਾਂ ਤੇ ਫਿਰ ਉਲੂ ਬੋਲਦੇ ਨੇ ਉਹਨਾਂ ਰਾਹਾਂ ਤੇ ਫਿਰ ਝਾੜੀਆਂ ਹੀ ਉਗਦੀਆਂ ਨੇ ਉਹਨਾਂ ਰਾਹਾਂ ਤੇ ਫਿਰ ਕੀ ਹੁੰਦਾ ਤੇ ਇਹ ਕੋਈ ਟ੍ਰੀਟਮੈਂਟ ਤੇ ਨਹੀਂ ਹੈ ਨਾ ਕਿ ਤੁਸੀਂ ਫੋਰਮ ਇੰਜੈਕਟ ਕਰਤਾ ਜਾਂ ਤੁਸੀਂ ਕੋਈ ਲਿਕੁਇਡ ਇੰਜੈਕਟ ਕਰਤਾ ਸਕਲੇਰੋਥੈਰੇਪੀ ਤਾਂ ਕੋਈ ਥੈਰੇਪੀ ਨਹੀਂ ਹੈ। ਔਰ ਇਹਦਾ ਪੂਰਾ ਪੂਰਾ ਹਸਪੀਟਲ ਬਣਿਆ ਹੋਇਆ ਹੈ। ਅੱਛਾ ਇਨੀਸ ਬਾਰੇ ਗੱਲ ਨਹੀਂ ਕਰਦਾ। ਉਹ ਉਹਨਾਂ ਦਾ ਸਿਸਟਮ ਹੈ ਉਹ ਜਾਣਨ ਲੇਕਿਨ ਉਹ ਲੋਕਾਂ ਨਾਲ ਤਕਲੀਫ ਘਟਦੀ ਨਹੀਂ ਉਹਦੇ ਨਾਲ। ਡਾਕਟਰ ਸੋ ਸਮੱਸਿਆ ਇਨੀ ਵੱਡਿਆ ਕਿਉਂ ਵੱਡੀ ਕਿਉਂ ਇਲਾਜ ਔਖਾ ਇਹਦਾ? ਇਹਦਾ ਇਲਾਜ ਹੈ ਹੀ ਨਹੀਂ। ਅੱਛਾ ਉਹਨਾਂ ਕੋਲ ਆਪਣੇ ਨਹੀਂ ਆਪਣੇ ਸਿਸਟਮ ਦੀ ਨਹੀਂ ਗੱਲ ਕਰਦਾ। ਉਹਨਾਂ ਕੋਲੇ ਤਾਂ ਇਲਾਜ ਐਹੀ ਹੈ ਇੱਕ ਹੈ ਸਕਲੇਰੋਥੈਰੇਪੀ। ਦੂਸਰਾ ਇਲਾਜ ਉਹਨਾਂ ਦੇ ਕੋਲੇ ਹੈ ਲੇਜ਼ਰ ਥੈਰੇਪੀ। ਲੇਜ਼ਰ ਥੈਰੇਪੀ ਕੀ ਹੈ ਕਿ ਉਹ ਲੇਜ਼ਰ ਲਾਈਟ ਦੇ ਨਾਲ ਉਹਨੂੰ ਬਲੌਕ ਕਰ ਦਿੰਦੇ ਨੇ ਲੇਜ਼ਰ ਲਾਈਟ ਉਹ ਵੀ ਬਲੌਕੇਜ ਹੀ ਹੈ ਉਹ ਵੀ ਉਹਨਾਂ ਵੇਨਸ ਨੂੰ ਬਲੌਕ ਹੀ ਕਰਨਾ ਤੇ ਉਹ ਬਲੱਡ ਫਿਰ ਰਸਤਾ ਤੇ ਲੱਭੇਗਾ ਨਾ ਬਲੱਡ ਪਾਣੀ ਨੇ ਨੀਵੇਂ ਪਾਸੇ ਤੇ ਜਾਣਾ ਹੈ ਲੇਕਿਨ ਇਹਨੇ ਤੇ ਉੱਪਰ ਨੂੰ ਜਾਣਾ ਉਹ ਫਿਰ ਦੂਸਰੇ ਵੇਨਸ ਚ ਰੀਡਾਇਰੈਕਟ ਹੋ ਜਾਂਦਾ ਬਲੱਡ ਇਹ ਦੂਸਰਾ ਇਲਾਜ ਹੈ ਉਹਨਾਂ ਕੋਲ ਉਹਦੇ ਬਹੁਤ ਘੱਟ ਕਲੀਨਿਕ ਨੇ ਲੇਜ਼ਰ ਥੈਰੇਪੀ ਦੇ ਉਹ ਵੀ ਬਲੌਕੇਜ ਹੀ ਹੈ ਉਹਨੇ ਵੀ ਬਲੌਕ ਹੀ ਕਰਨਾ ਉਹਨੂੰ ਅੱਗੋਂ ਉਸ ਵੇਨ ਨੂੰ ਤੀਸਰਾ ਇਹਦਾ ਇਲਾਜ ਹੈਗਾ ਐਂਡੋ ਵੈਸਕੂਲਰ ਐਂਡੋ ਵੈਸਕੂਲਰ ਕੀ ਹੁੰਦਾ ਕਿ ਤੁਸੀਂ ਜਦੋਂ ਅ ਕੈਲੋ ਐਂਡੋ ਵੈਸਕੂਲਰ ਇਸ ਤਰ੍ਹਾਂ ਕੇ ਜਿਵੇਂ ਰੇਡੀਓ ਵੇਵਸ ਨੇ ਰੇਡੀਓ ਐਕਟਿਵ ਵੇਵਸ ਨੇ ਉਹਨਾਂ ਦੇ ਜ਼ਰੀਏ ਤੁਸੀਂ ਬਲੌਕ ਕਰ ਦਿਓ ਆਪਣੀ ਐਂਡੋਫ ਵੇਨਸ ਨੂੰ ਕਹਿੰਦੇ ਨੇ ਐਂਡੋਫ ਵੇਨਸ ਔਰ ਉਹ ਵੀ ਬਲੌਕੇਜ ਹੀ ਹੈ ਉਹ ਵੀ ਕੋਈ ਇਲਾਜ ਨਹੀਂ ਇੱਕ ਹੁੰਦਾ ਐਂਡੋਸਕੋਪਿਕ ਥੈਰੇਪੀ ਉਹ ਵੀ ਬਲੌਕੇਜ ਹੀ ਹੈ ਉਹ ਤੁਸੀਂ ਲਾਈਟ ਇੱਕ ਹੋਰ ਲਾਈਟ ਹੁੰਦੀ ਹੈ ਉਹਦੇ ਜ਼ਰੀਏ ਨਾਲ ਬਲੌਕ ਕਰ ਦਿਓ ਕਰਨਾ ਤੁਸੀਂ ਬਲਾਕ ਹੀ ਆ ਤੁਹਾਡੇ ਕੋਲੇ ਇਹਦਾ ਸੋਲੂਸ਼ਨ ਕੋਈ ਨਹੀਂ ਕਨਵੈਨਸ਼ਨਲ ਸਿਸਟਮ ਚ ਇਹਦਾ ਕੋਈ ਹੱਲ ਨਹੀਂ ਕੋਈ ਸੋਲੂਸ਼ਨ ਨਹੀਂ ਇਹ ਹੀ ਆ ਕਿ ਬਲਾਕ ਕਰ ਦਿਓ ਉਸਵੇ ਲੇਕਿਨ ਸਾਡੇ ਕੋਲੇ ਇਹਦਾ ਸਿਸਟਮ ਆ ਕਿ ਉਸ ਵਾਲ ਨੂੰ ਠੀਕ ਕਰ ਲਓ ਓਕੇ ਤਾਂ ਉਹ ਹੋਮੀਓਪੈਥੀਕ ਤਰੀਕਾ ਹੈਗਾ ਅੱਛਾ ਉਹ ਵਾਲ ਠੀਕ ਹੋ ਗਿਆ ਵਾਲ ਆਪਣੇ ਟਾਈਮ ਤੇ ਓਪਨ ਬੰਦ ਹੋਣਾ ਸ਼ੁਰੂ ਹੋ ਗਿਆ ਉਹ ਬਲੱਡ ਵਾਪਸ ਆਪਣੇ ਟਾਈਮ ਤੇ ਆਪਣੇ ਜ਼ਰੀਏ ਨਾਲ ਆਪਣੇ ਰਸਤੇ ਤੇ ਜਾਣਾ ਸ਼ੁਰੂ ਹੋ ਗਿਆ ਜਦੋਂ ਆਪਣੇ ਰਸਤੇ ਤੇ ਜਾਣਾ ਸ਼ੁਰੂ ਹੋ ਗਿਆ ਔਰ ਵਾਲ ਆਪਣੇ ਟਾਈਮ ਤੇ ਖੁੱਲ ਰਿਹਾ ਬੰਦ ਹੋ ਰਿਹਾ ਮੀਨਸ ਕਿ ਤੁਸੀਂ ਯੂ ਆਰ ਆਊਟ ਆਫ ਵੈਰੀਕੋਸ ਵੇਨਸ ਡਿਜ਼ੀਜ਼ ਉਹਨਾਂ ਦੀ ਡਿਜ਼ੀਜ਼ ਹੀ ਖਤਮ ਹੋ ਗਈ ਦੇਖੋ ਹੋਮੀਓਪੈਥਿਕ ਦਾ ਮੈਂ ਇਹੀ ਤਾਂ ਕਹਿਣਾ ਕਿ ਇਹਦੇ ਵਿੱਚ ਮੈਰਕਲਸ ਨੇ ਇਹਨੂੰ ਬਦਨਾਮ ਕਰਨ ਲਈ ਜਿੰਨੇ ਪੈਸੇ ਖਰਚੇ ਜਾਂਦੇ ਨੇ ਅਗਰ ਉਹ ਰੱਬ ਦੀ مخلوਕ ਲਈ ਭਲਾ ਕਰਨ ਲਈ ਲਾ ਦਿੱਤੇ ਜਾਂਦੇ ਬਿਮਾਰੀਆਂ ਖਤਮ ਹੋ ਜਾਂਦੀਆਂ ਹੂੰ ਹੂੰ ਕੋਈ ਹੋਰ ਸਿਸਟਮ ਹੈ ਜਿਹੜੇ ਇਹਨੂੰ ਬਦਨਾਮ ਕਰਦੇ ਆ ਤਾਂ ਕਿ ਲੋਕ ਇਹ ਕਰਾਨਾ ਓਕੇ ਸਾਡੇ ਜਿਹੜੇ ਨਵੇਂ ਆਣ ਵਾਲੇ ਬੱਚੇ ਨੇ ਉਹਤੇ ਇਹਨੂੰ ਬੁਰਾ ਹੀ ਬੜਾ ਸਮਝਦੇ ਨੇ ਕਿਉਂਕਿ ਉਹਨਾਂ ਨੂੰ ਪੜਾਇਆ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਉਧਰ ਨਹੀਂ ਜਾਣਾ ਇੱਧਰ ਜਾਣਾ ਜਿੱਥੇ ਟ੍ਰੀਟਮੈਂਟ ਨਹੀਂ ਹੈ ਕੋਈ ਉਧਰ ਨਹੀਂ ਜਾਣਾ ਜਿੱਥੇ ਟ੍ਰੀਟਮੈਂਟ ਹੈ ਅਗਰ ਉਹ ਫੇਮਸ ਹੋ ਗਿਆ ਔਰ ਸਿਸਟਮ ਹਰ ਇੱਕ ਨੂੰ ਪਤਾ ਲੱਗ ਗਿਆ ਕਿ ਉੱਥੇ ਤੁਹਾਡਾ ਇਲਾਜ ਇਹਦਾ ਹੋ ਜਾਣਾ ਤੇ ਫਿਰ ਹਰ ਬੰਦਾ ਉਧਰ ਜਾਏਗਾ ਇੱਧਰ ਕਿਉਂ ਜਾਏਗਾ ਤੁਸੀਂ ਦੇਖੋ ਨਾ ਅਗਰ ਇਸ ਸਿਸਟਮ ਨੂੰ ਗਵਰਨਮੈਂਟ ਐਕਸੈਪਟ ਕਰ ਲੇ ਔਰ ਇਹ ਐਮਐਸਪੀ ਚ ਪਾ ਦਿੱਤਾ ਜਾਏ ਲੋਗਾਂ ਨੂੰ ਪੈਸੇ ਨਾ ਲਾਣੇ ਪੈਣ ਗਵਰਨਮੈਂਟ ਪੇ ਕਰੇ ਇਹਦਾ ਫਰ ਦੌੜ ਦੌੜ ਕੇ ਸਾਰੇ ਉੱਧਰ ਹੀ ਜਾਣਗੇ ਨਾ ਇਹ ਸਿਸਟਮ ਨੂੰ ਉਹਦੇ ਚ ਪਾਉਂਦੇ ਹੀ ਨਹੀਂ ਇਹਦੇ ਪੈਸੇ ਲੋਕਾਂ ਨੂੰ ਆਪ ਪੇ ਕਰਨੇ ਪੈਂਦੇ ਆ ਕਹਿੰਦੇ ਚੰਗਾ ਜਦੋਂ ਮੁਸ਼ਕਲ ਹੋਏਗੀ ਪੈਸੇ ਪੇ ਕਰਨ ਦੀ ਫਿਰ ਉਹ ਮੁਫਤ ਵਾਲੇ ਪਾਸੇ ਆਣਗੇ ਅੱਛਾ ਕਿਵੇਂ ਫਿਰ ਇਲਾਜ ਇਹਦਾ ਕਿੱਦਾਂ ਸਨ ਉਹਦੇ ਬਾਰੇ ਦੱਸੋ ਕਿਉਂਕਿ ਇਹ ਸਮੱਸਿਆ ਤੇ ਵਾਕਈ ਜਿੰਨੀ ਵੱਧ ਰਹੀ ਆ ਤੁਹਾਨੂੰ ਹੈ ਤੇ ਜਿੰਨੀ ਵੱਡੀ ਆ ਨਹੀਂ ਨਹੀਂ ਜੀ ਗੁਰੂ ਸਾਹਿਬ ਦੀ ਕਿਰਪਾ ਵੇਖੋ ਤੰਦ ਨਾ ਕਰਿਆ ਕਿਸੇ ਨੂੰ ਨਾ ਹੋਵੇ ਇਹ ਬਹੁਤ ਪਰ ਇਹਦਾ ਹੁਣ ਹੱਲ ਕੀ ਆ ਹੱਲ ਕਿੱਥੋਂ ਸ਼ੁਰੂ ਕਰਨਾ ਕਿਵੇਂ ਕੀਤਾ ਜਾ ਸਕਦਾ ਤੇ ਕਿੰਨੇ ਚਿਰ ਦੇ ਵਿੱਚ ਹੋ ਜਾਊਗਾ ਜਿਹੜਾ ਉਹ ਆਪਾਂ ਸਿਸਟਮ ਡਿਸਕਸ ਕੀਤਾ ਸੀ ਨਾ ਉਹਦਾ ਤੇ ਬਹੁਤ ਸਾਰੇ ਸਾਈਡ ਇਫੈਕਟਸ ਆਉਦੇ। ਉਹਦਾ ਪਹਿਲਾ ਸਾਈਡ ਇਫੈਕਟ ਇਹ ਹੁੰਦਾ ਉਹ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਤੁਸੀਂ ਪਲੀਜ਼ ਨਾ ਕਰਾਓ। ਉਹਦੇ ਨਾਲੋਂ ਬਿਹਤਰ ਹੈ ਤਕਲੀਫ ਬਰਦਾਸ਼ਤ ਕਰਦੇ ਰਹੋ। ਬਲਕਿ ਨਾ ਕਰੋ ਕਿਉਂ ਤਕਲੀਫ ਬਰਦਾਸ਼ਤ ਕਰਨੀ ਕਿਸੇ ਵੀ ਹੋਮੀਓਪੈਥਿਕ ਡਾਕਟਰ ਕੋ ਮਹੰਗੇ ਡਾਕਟਰ ਕੋ ਚਲੇ ਜਾਓ ਤੇ ਉਹਨੂੰ ਕਹੋ ਮੇਰਾ ਮਸਲਾ ਹੱਲ ਕਰ ਕਰ ਦੇਗਾ। ਹੋਮੀਓਪੈਥਿਕ ਜਿਹਦਾ ਇਲਾਜ ਹੈਗਾ ਉਹਦੇ ਸਾਈਡ ਇਫੈਕਟਸ ਇਹ ਨੇ ਕਿ ਉਹ ਸਮ ਟਾਈਮਸ ਤੁਹਾਡੇ ਉਹ ਸਕਿਨ ਡਿਜ਼ੀਜ਼ ਲਾ ਦਿੰਦੇ ਤੁਹਾਨੂੰ ਜਦੋਂ ਵੇਨ ਬਲੌਕ ਕਰ ਦਿੱਤੀ ਨਾ ਤੇ ਉਹ ਜਿਹੜਾ ਬਲੱਡ ਹੈ ਉਹ ਫੈਲ ਜਾਂਦਾ ਉਹ ਤੁਹਾਨੂੰ ਜਗਾ ਜਗਾ ਤੇ ਸਕਿਨ ਦੇ ਰੈਸ਼ਸ ਹੋਣੇ ਸ਼ੁਰੂ ਹੋ ਜਾਂਦੇ ਉਹ ਤੁਹਾਨੂੰ ਸਕਿਨ ਦੇ ਟੈਗਸ ਬਣ ਜਾਂਦੇ ਨੇ ਸਕਿਨ ਦੇ ਰੈਸ਼ਸ ਹੋ ਜਾਂਦੇ ਨੇ ਐਕਜ਼ੀਮਾ ਹੋ ਜਾਂਦਾ ਕੋਈ ਨਾ ਕੋਈ ਤੁਹਾਨੂੰ ਪ੍ਰੋਬਲਮ ਜ਼ਰੂਰ ਹੁੰਦੀ ਹੈ ਉਹਦੇ ਸਾਈਡ ਇਫੈਕਟ ਦੇ ਤੌਰ ਤੇ ਵਾਉਂਡਸ ਬਣ ਜਾਂਦੇ ਨੇ ਕਈ ਵਾਰੀ ਜ਼ਖਮ ਬਣ ਜਾਂਦੇ ਨੇ ਔਰ ਉਹ ਹੀਲ ਨਹੀਂ ਹੁੰਦੇ ਤੁਸੀਂ ਸਮਝਦੇ ਹੋ ਤੁਹਾਨੂੰ ਸੋਰਾਈਸਿਸ ਹੋ ਗਿਆ ਐਕਚੁਅਲੀ ਉਹ ਵੈਰੀਕੋਸ ਵੇਨਸ ਦੇ ਉਹ ਤੁਸੀ ਜਿਹੜੀ ਟ੍ਰੀਟਮੈਂਟ ਕਰਾਈਓ ਉਹਦਾ ਸਾਈਡ ਇਫੈਕਟ ਹੁੰਦਾ ਤੇ ਉਹਦਾ ਤਾਂ ਨੁਕਸਾਨ ਹੀ ਨੁਕਸਾਨ ਹੈ ਹੁਣ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਹੈ ਕਿ ਸਭ ਤੋਂ ਪਹਿਲੇ ਤਾਂ ਤੁਸੀਂ ਤਲਾਸ਼ ਕਰੋ ਤੁਹਾਡੇ ਆਰਾਊਂਡ ਚ ਹੋਮੀਓਪੈਥਿਕ ਡਾਕਟਰ ਕੌਣ ਹੈ ਓਕੇ ਜਿਹੜਾ ਮਿੱਠੀਆਂ ਗੋਲੀਆਂ ਨਹੀਂ ਦਿੰਦਾ ਜਿਹੜਾ ਪਾਣੀ ਪਾ ਕੇ ਦਵਾਈ ਨਹੀਂ ਦਿੰਦਾ ਉਸ ਡਾਕਟਰ ਕੋਲ ਚਲੇ ਜਾਓ ਉਹਨੂੰ ਦਿਖਾਓ ਆਪਣੀ ਲ ਉਨ ਕੋ ਡਾਕਟਰ ਨੂੰ ਆਇਆ ਵੇ 90% ਲੋਗਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੂੰ ਵੈਰੀਕੋਸ ਵੇਇਨਸ ਕਹਿੰਦੇ ਨੇ ਸਾਡੇ ਲੋਕ ਆ ਕੇ ਵਿਚਾਰੇ ਕਹਿੰਦੇ ਮੇਰੇ ਨਾ ਦਰਦ ਹੋ ਰਹੀ ਹੈ ਲੱਤਾਂ 'ਚ ਦਰਦ ਹੋ ਰਹੀ ਹੈ ਮੈਂ ਉਹਨਾਂ ਕਹਿੰਦਾ ਕਿਉਂ ਹੋ ਰਹੀ ਹੈ ਦਰਦ ਪਤਾ ਨਹੀਂ ਡਾਕਟਰ ਸਾਹਿਬ ਨੀਲਾ-ਨੀਲਾ ਜਾ ਕੁਛ ਹੋਇਆ ਯਾਰ ਦਰਦ ਹੋਈ ਜਾ ਰਹੀ ਹੈ ਮੈਂ ਕਹਿੰਦਾ ਜ਼ਰਾ ਦਿਖਾਓ ਉਹ ਦਿਖਾਇਆ ਤਾਂ ਮੈਂ ਕਿਹਾ ਅੱਛਾ ਇਹ ਵੈਰੀਕੋਸ ਵੇਇਨਸ ਉਹ ਕੀ ਹੁੰਦਾ ਜੀ ਦੇਖੋ ਆਪਣੇ 90% ਬਜ਼ੁਰਗਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਆਦਾ ਕਿ ਕੀ ਹੈ ਤੇ ਇਲਾਜ ਕਿੱਥੋਂ ਹੋਣਾ ਜਦੋਂ ਤੁਹਾਨੂੰ ਇਹਦਾ ਪਤਾ ਲੱਗ ਜਾਏ ਤੇ ਫਿਰ ਤੁਸੀਂ ਕਿਸੇ ਹੋਮੋਪੈਥਿਕ ਡਾਕਟਰ ਕੋਲ ਜਾਓ ਜਿਹੜਾ ਵਿਟੋਰੇ ਕ੍ਰੀਮੇ ਹੋਰ ਉਹਨੂੰ ਦੱਸੋ ਮੇਰਾ ਇਲਾਜ ਕਰੋ ਕੋਈ ਡਾਕਟਰ ਉਹ 2 ਮਿੰਟਸ ਕਰ ਲੇਗਾ ਕੋਈ ਚਾਰਜ ਕਰ ਲੇਗਾ ਲੇਕਿਨ ਹੋ ਜਾਏਗਾ ਹਮ ਹੋਣਾ ਜ਼ਰੂਰ ਇਹਦਾ ਇਲਾਜ ਇਹਦੀਆਂ ਬਹੁਤ ਸਾਰੀਆਂ ਦਵਾਈਆਂ ਵੀ ਆਂ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਉਹ ਸਾਰੀਆਂ ਨਾਮ ਦਿੰਨਾ ਥੋੜੀਆਂ ਨੇ ਦੱਸ ਦਉ ਉਹ ਡਿਪੈਂਡ ਕਰਦਾ ਉਹਦੀ ਸਿੰਪਟਮਸ ਤੇ ਅਗਰ ਤੇ ਤੁਹਾਡੇ ਉੱਤੇ ਖੂਨ ਆ ਰਿਹਾ ਹੈ ਅਗਰ ਤੇ ਨੀਲੇ ਰੰਗ ਦਾ ਖੂਨ ਹੈ ਤੇ ਇੱਕ ਦਵਾਈ ਹੈ ਹੈਮਾਮੈਲਸ ਕਿ ਹੈਮਾਮੈਲਸ ਮਦਰ ਟਿੰਕਚਰ ਔਛਰੇ ਲੋਗਾ ਪਰ ਮੈਸੇਜ ਕਰਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਤੇਜ਼ ਬੋਲ ਜਾਂਦੇ ਹੋ ਤੇ ਸਾਨੂੰ ਦਵਾਈ ਦਾ ਸਮਝ ਨਹੀਂ ਆਂਦੀ ਮੈਂ ਅਕਸਰ ਇਥੇ ਸਪੈਲਿੰਗਸ ਵੀ ਬੋਲਦਾ ਕਹਿੰਦੇ ਜੀ ਉੱਤਰ ਲਿਖ ਦਿਓ ਹੁਣ ਟੀਵੀ ਤੇ ਲਿਖਿਆ ਤਾਂ ਨਹੀਂ ਜਾ ਸਕਦਾ ਤੁਸੀਂ ਉਹਨੂੰ ਰਿਵਰਸ ਕਰਕੇ YouTube ਤੇ ਦੇਖ ਲਓ ਦੂਜੀ ਵਾਰੀ ਦੇਖ ਲਓ ਇਹਨੂੰ ਕਾਗਜ਼ ਪੈਨਸ ਨਾਲ ਲਿਖ ਲਓ ਮੈਂ ਤੇ ਸਪੈਲਿੰਗ ਦੱਸ ਦਿੰਨਾ H E M A ਤੁਸੀਂ ਕੱਲਾ ਹੈਮਾ ਵੀ ਕਹਿ ਦੋ ਨਾ ਹੈਮਾ ਮੈਲੋਸ ਉਹ ਪੇ ਸਮਝ ਜਾਗਾ ਡਾਕਟਰ M E L O U S ਮਦਰ ਟਿੰਕਚਰ ਮਦਰ ਟਿੰਕਚਰ ਮੀਨ ਇਦੀ ਐਕਚੁਅਲ ਦਵਾਈ ਇਹ ਤੇ 10 ਕਤਰੇ ਸਵੇਰ 10 ਦੁਪਹਿਰ 10 ਸ਼ਾਮ ਤੁਸੀਂ ਲੈਣਾ ਸ਼ੁਰੂ ਕਰੋ। ਅਗਰ ਤੁਹਾਨੂੰ ਨਾਲ ਦਰਦ ਵੀ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਇਹਦੇ ਇੱਕ ਹੋਰ ਦਵਾਈ ਹੈ ਐਪਿਸ ਐਪੀਆਈਐਸ 200 ਉਹਦੇ 5 ਡਰਾਪਸ ਰੋਜ਼ ਲੈਣਾ ਸ਼ੁਰੂ ਕਰ ਦਿਓ। ਅਗਰ ਤੁਸੀਂ ਸਮਝੋ ਕਿ ਬਲੱਡ ਜਾਮ ਹੋ ਗਿਆ ਉੱਥੇ ਮੈਨੂੰ ਫੀਲ ਹੋ ਰਿਹਾ ਕਿ ਜਿਵੇਂ ਕਾਲਾ ਹੋ ਰਿਹਾ ਬਲੂ ਤੋਂ ਅਗਲੀ ਸਟੇਜ ਤੇ ਚਲਾ ਗਿਆ ਤੇ ਇਹਦੀ ਹੋਰ ਦਵਾਈ ਹੈ ਇੱਕ ਪਲਸਟਿਲਾ ਓਕੇ ਪਲਸਟਿਲਾ 200 ਪਲਸੈਟੀਲਾ 200 ਤੇ ਪਲਸੈਟੀਲਾ 30 ਚ ਤੁਹਾਡੀਆਂ ਸਿੰਪਟਮਸ ਦੇਖ ਕੇ ਤੁਸੀਂ ਡਿਸਾਈਡ ਕਰੋਗੇ ਉਹ ਡਾਕਟਰ ਦੱਸੇਗਾ ਕਿ ਇਹਨੇ 30 ਲੈਣੀ ਹੈ ਜਾਂ 200 ਲੈਣੀ ਹੈ ਪਲਸੈਟੀਲਾ E U L S A T I L L A ਓਕੇ ਇਹ ਉਹ ਦਵਾਈਆਂ ਜਿਹੜੀਆਂ ਵੂਮਨ ਲਈ ਵੀ ਅਸੀਂ ਯੂਜ਼ ਕਰਦੇ ਆ ਆਮ ਤੌਰ ਤੇ ਫਿਰ ਇਹ ਜਿਹੜੇ ਹੋਰ ਬਹੁਤ ਸਾਰੇ ਜਾਂ ਤਾਂ ਯਾਨੀ ਦਿਲ ਕਾ ਮਾਰਾ ਇਹ ਦਵਾਈਆਂ ਜਾਂ ਫਿਰ ਇਹ ਦਵਾਈ ਆਰਨਿਕਾ ਇਹ ਦਵਾਈ ਬਰਬਰਸ ਵਲਗੈਰਸ ਵੀ ਹੈ ਇਹ ਕਾਫੀ ਸਾਰੀਆਂ ਦਵਾਈਆਂ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਵੈਰੀਕੋਸ ਵੇਨਸ ਨੇ ਫੈਲੀਆਂ ਹੋਈਆਂ ਨੇ ਇੱਕ ਜਗ੍ਹਾ ਤੇ ਮੋਟੀ ਹੋਈ ਹੋਈ ਆ ਦਰਦ ਵਾਲੀਆਂ ਨੇ ਉਹ ਸਟਿੰਗ ਪੇਨ ਆ ਜਾਂ ਟਸ 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 ਪੇਨ ਆ ਉਹ ਹਰ ਇੱਕ ਦੀ ਇੱਕ ਸੈਪਰੇਟ ਦਵਾਈ ਆ ਉਹ ਤੁਸੀਂ ਐਡ ਕਰ ਦਿਓ ਰਸਟਾਕ ਸਿਕ ਦਵਾਈ ਆ ਇੱਕ ਹਾਈਪੈਰੀਕਮ ਦਵਾਈ ਆ ਦੀ ਉਹ ਨਾੜਾਂ ਨੂੰ ਖੋਲਦੀ ਆ ਇੱਕ ਐਸਕੁਲਸ ਹਿਪ ਦਵਾਈ ਆ ਬੋਤ ਸਰੀਆਂ ਦਵਾਈਆਂ ਉਹ ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਹੜੀਆਂ ਦੇਣੀਆਂ ਹੁਣ ਮੇਰੇ ਕੋਲੇ ਕੋਈ ਜਦੋਂ ਪੇਸ਼ੈਂਟ ਆਉਂਦਾ ਮੈਂ ਉਹਦੀ ਸਭ ਤੋਂ ਪਹਿਲਾਂ ਤਾਂ ਦੇਖਦਾ ਕਿ ਕਿਹੜੀ ਵੈਰੀਕੋਸ ਹੈ ਉਹ ਜਦੋਂ ਪਤਾ ਲੱਗ ਗਈ ਕਿ ਇਹ ਵੈਰੀਕੋਸ ਫਿਰ ਉਸ ਵੈਰੀਕੋਸ ਦੀ ਦਵਾਈ ਐਡ ਕਰਤੀ ਉਹਦੇ ਫਾਰਮੂਲੇ ਚ ਓਕੇ ਉਹ ਜਲਦੀ ਠੀਕ ਹੋ ਜਾਂਦਾ ਦਰਦ ਤੇ ਹਫਤੇ 10 ਦਿਨਾਂ ਚ ਰੁਕ ਜਾਂਦੀ ਹੈ ਮੇਰੇ ਕੋਲ ਇੱਕ ਬੰਦਾ ਆ ਉਹ ਕਾਫੀ ਸਟਰੋਂਗ ਸੀ ਉਹ ਉੱਥੇ ਸੀਗਾ ਆਪਣੇ ਇਕ ਰੈਕ੍ਰੈਪਸ਼ਨ ਸੈਂਟਰ ਅੱਛਾ ਜੇਲ ਬੀਸੀ ਕਰੈਕਸ਼ਨ ਹਾਂ ਪਤਾ ਨਹੀਂ ਬੀਸੀ ਜਿਸ ਅਲਬਰਟਾ ਜਿਸ ਕਿਤੇ ਸੀ ਕਿਤੋਂ ਦੂਰੋਂ ਆਇਆ ਸੀ ਕਾਫੀ ਸਟਰੋਂਗ ਲੱਗ ਰਿਹਾ ਸੀ ਕਿ ਬੜਾ ਲਹੀਮ ਸ਼ਹੀਮ ਹੱਟਾ ਘਟਾਏ ਨੂੰ ਕੀ ਬਿਮਾਰੀ ਹੋ ਸਕਦੀ ਹੈ ਤੇ ਉਹ ਨਾ ਕੈਨੇਡਾ ਤੋਂ ਮੈਨੂੰ ਵੈਰੀਕੋਸ ਵੇਨਸ ਮੈਂ ਕਿਹਾ ਫਿਰ ਇਲਾਜ ਨਹੀਂ ਕਰਾਇਆ ਨਾ ਹੋਇਆ ਨਹੀਂ ਮੈਂ ਦਿਖਾਇਆ ਉਹਨੇ ਦਿਖਾਇਆ ਕਾਫੀ ਫੁੱਲੀਆਂ ਹੋਈਆਂ ਸੀ ਉਹਦੀਆਂ ਰਗਾਂ ਨਾ ਤੇ ਮੈਂ ਉਹਨੂੰ ਦਵਾਈ ਦਿੱਤੀ ਤੇ ਅਗਲੀ ਵਾਰ ਹੀ ਆਇਆ ਕਹਿੰਦਾ ਡਾਕਟਰ ਸਾਹਿਬ ਠੀਕ ਨਹੀਂ ਹੋਈਆਂ ਮੈਂ ਕਿਹਾ ਵਾਕਈ ਮੈਂ ਕਿਹਾ ਕਿਵੇਂ ਹੋ ਸਕਦਾ ਮੈਂ ਕਿਹਾ ਤੇ ਹੋਣੀ ਨਹੀਂ ਸਕਦਾ ਠੀਕ ਨਹੀਂ ਹੋਈਆਂ ਮੈਂ ਕਹ ਤਖਾ ਲੋਟ ਦੇਖਿਆ ਤੇ ਕੋਈ ਵੀ ਨਹੀਂ ਵੇਰ ਅੱਛਾ ਮੈਂ ਕਹ ਤਨ ਵੇਰ ਕੋਈ ਜਿੰਨ ਹੈਗੀਆਂ ਆਪੇ ਹੀ ਆਪਣੀਆਂ ਲੱਤਾਂ ਦੇਖੇ ਤੇ ਕਹੇ ਨਹੀਂ ਮੈਨੂੰ ਹੈ ਤੇ ਨਹੀਂ ਤੇ ਮੈਂ ਕਿਹਾ ਫਿਰ ਠੀਕ ਨਹੀਂ ਹੋਈਆਂ ਕਹਿੰਦਾ ਲੱਗਦਾ ਹੋ ਗਿਆ ਇਹ ਬੜਾ ਅੱਛਾ ਲਾਜਾ ਹੋਵੇ ਪੈਦਲ ਤੇ ਜਦੋਂ ਵਾਲ ਇਸੇ ਤੇ ਕਰਤੇ ਤੇ ਖੂਨ ਆਪਣੇ ਆਪ ਜਾਣਾ ਸ਼ੁਰੂ ਹੋ ਗਿਆ ਕੋਈ ਵੀ ਪ੍ਰੋਬਲਮ ਹੋਵੇ ਸਭ ਤੋਂ ਪਹਿਲੇ ਹੋਮੀਓ ਡਾਕਟਰ ਦੇਖੋ ਚਲੋ ਬਾਕੀ ਮੇਰੇ ਖਲ ਜੇ ਕੋਈ ਸਵਾਲ ਜਵਾਬ ਨੇ ਤੇ ਤੁਹਾਨੂੰ ਕੈਂਟੀ ਕਰਕੇ ਤੇ ਹੋ ਜਾਣਗੇ ਹੱਲ ਤੇ ਸਮਾਂ ਹੋ ਗਿਆ ਜੀ ਪੂਰਾ ਮੈਸੇਜ ਜਾਨ ਲੱਗਿਆ ਜ਼ਰੂਰ ਦੇਣਾ ਮੈਂ ਪ੍ਰੋਗਰਾਮ ਮੈਸੇਜ ਦੇਣ ਲਈ ਕਰਦਾ ਲੋਕਾਂ ਦਾ ਭਲਾ ਉਧਰੋਂ ਵੀ ਹੋਵੇ ਤੇ ਉਧਰੋਂ ਵੀ ਹੋਵੇ ਜੇ ਹੁਣ ਤੱਕ ਆਪਣੇ 500 700 800 ਪ੍ਰੋਗਰਾਮ ਹੋ ਗਏ ਹੋਣੇ ਜੇ ਲੋਕ ਸਾਰੇ 500 700 800 ਮੈਸੇजेस ਦੇਖ ਕੇ ਉਹਨਾਂ ਤੇ ਅਮਲ ਕਰ ਲੈਣ ਤੇ ਸ਼ਾਇਦ ਸਾਨੂੰ ਵੀ ਕੋਈ ਸਵਾਬ ਹੋ ਜੇ ਕਿਸੇ ਦਾ ਭਲਾ ਹੋ ਜਾਏ ਤੇ ਸਾਨੂੰ ਵੀ ਸਵਾਬ ਹੋਵੇ ਸਭ ਤੋਂ ਵੱਡਾ ਇੱਕ ਗੁਨਾਹ ਹੈ ਤੁਹਾਨੂੰ ਪਤਾ ਕੀ ਹੈ ਗੁਨਾਹ ਤਾਂ ਸਾਰੇ ਵੱਡੇ ਹੁੰਦੇ ਹਨ ਲੇਕਿਨ ਇੱਕ ਗੁਨਾਹ ਐਸਾ ਜਦੀ ਸਜ਼ਾ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਹੋਰ ਆਪਣੇ ਮਾਫ਼ ਨਹੀਂ ਕਰਨਾ ਜਿਹਨੇ ਅਰਥਾ ਕੋ ਬੰਦਾ ਨਾ ਮਾਫ਼ ਕਰੇ ਪਤਾ ਕੀ ਗੁਨਾਹ ਹੈ ਕਿਸੇ ਦੀ ਗੈਰ ਮੌਜੂਦਗੀ ਚ ਉਹਦੀ ਬੈਕ ਬਾਈਟਿੰਗ ਕਰਨਾ ਇਹਨੂੰ ਕਹਿੰਦੇ ਗੀਪਤ ਕਰਨਾ ਇਹਨੂੰ ਕਹਿੰਦੇ ਚੁਗਲੀ ਕਰਨਾ ਕੀ ਕੀ ਗੀਪਤ ਚੁਗਲੀ اچھا ਨਹੀਂ ਪਹਿਲਾਂ ਇਹ ਲਫ਼ਜ਼ ਕਿਹੜਾ ਬੈਕ ਬਾਈਟਿੰਗ اچھا ਹੀ ਬੱਤ ਉਰਦੂ ਚ ਗੀਪਤ ਕਹਿੰਦੇ ਆ ਅੰਗਰੇਜ਼ੀ ਚ ਬੈਕ ਬਾਈਟਿੰਗ ਕਹਿੰਦੇ ਜਿਹੜਾ ਬੰਦਾ ਮੌਜੂਦ ਨਹੀਂ ਉਹਦੀ ਗੈਰ ਮੌਜੂਦਗੀ ਚ ਉਹਦੀ ਗੱਲ ਕਰਨਾ ਸਭ ਤੋਂ ਵੱਡਾ ਗੁਨਾਹ ਜਦੋਂ ਤੱਕ ਉਹ ਬੰਦੇ ਕੋਲੋਂ ਮਾਫੀ ਨਹੀਂ ਮੰਗੋਗੇ ਕਿ ਭਾਈ ਜੋਗਰਾਜ ਮੈਂ ਤੇਰੇ 14 ਤੋ ਹੈ ਨਹੀਂ ਸੀ ਤਾਂ ਆਇਆ ਤੇ ਮੈਂ ਤੇਰੇ ਅੰਤੋਂ ਪਹਿਲਾਂ ਕਿਹਾ ਕਿ ਭਾਈ ਜੋਗਰਾਜ ਦੀ ਤਾਂ ਅੱਖ ਲਿੰਗੀ ਆ ਉਹ ਤੇ ਬੰਦਾ ਹੀ ਖਰਾਬ ਆ ਤੇ ਉਹ ਇੰਜ ਆ ਤੇ ਜਦੋਂ ਤੱਕ ਮੈਂ ਇਹ ਦੱਸ ਕੇ ਤੁਹਾਨੂੰ ਕੋਲੋਂ ਮਾਫੀ ਨਹੀਂ ਮੰਗ ਲਾਂਗਾ ਉਹ ਤੱਕ ਰੱਬ ਕੋਲੋਂ ਮਾਫੀ ਨਹੀਂ ਉਹ ਕੀ ਬਾਤ ਤੇ ਜੇ ਜੋਗਰਾਜ ਇਸ ਦੁਨੀਆ 'ਚ ਨਾ ਹੋਇਆ ਤਾਂ ਮੈਂ ਮਾਫੀ ਕਿਹਦਾ ਕੋ ਮੰਗਾਗਾ ਫਿਰ ਮੈਨੂੰ ਉੱਥੇ ਜਾ ਕੇ ਜੁੱਤੀਆਂ ਪਹਿਨਣੀਆਂ ਫਿਰ ਮਾਫੀ ਨਹੀਂ ਮਿਲਨੀ ਸਭ ਤੋਂ ਵੱਡਾ ਗੁਨਾਹ ਬੈਕ ਬਾਈਟਿੰਗ ਹੈ ਕਿਸੇ ਦੀ ਗੈਰ ਮੌਜੂਦਗੀ 'ਚ ਉਹਦੀ ਗੱਲ ਨਾ ਕਰ ਉੱਤ ਸਬਾਹਤਾਂ ਨੂੰ ਤੁਹਾਡਾ ਜੀ ਥੈਂਕ ਯੂ ਸੋ ਮਚ ਸਸਿਕਲੀ ਸੋ ਇਸ ਪ੍ਰੋਗਰਾਮ ਸਾਡੇ ਕੋਲ ਐਨ ਆਈ ਜੀ ਸਾਨੂੰ ਦਿਵਾ ਗਿਆ ਤੁਸੀਂ ਟੈਕਟਰੂ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ